ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਸਨ, ਜਿਨ੍ਹਾਂ ਦੇ ਭੋਗ ਦੌਰਾਨ ਉਹਨਾਂ ਪਰਿਵਾਰ ਸਮੇਤ ਹਾਜ਼ਰ ਭਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਕਾਂਗਰਸ ਨੂੰ ਲੱਗਦਾ ਹੈ ਕਿ ਉਹਨਾਂ ਦੀ ਆਖਰੀ ਸਿਆਸਤ ਹੈ ਅਤੇ ਹੁਣ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਚੋਣਾਂ ਦੌਰਾਨ ਲੋਕਾਂ ਨਾਲ ਕਿਤੇ ਵਾਅਦਿਆਂ ਤੋਂ ਮੁੱਕ ਰਹੇ ਨੇ। इस दौरान हरसिमरत कौर बादल ने भी आम आदमी पार्टी ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਆਮ ਜਨਤਾ ਨੇ ਦਿੱਲੀ ਵਿੱਚ ਹੋਈਆਂ ਐਮਸੀ ਦੀ ਚੋਣਾਂ ਵਿੱਚ ਆਪ ਦਾ ਸਫਾਇਆ ਕਰ ਦਿੱਤਾ। ਪੂਰੇ ਪੰਜਾਬ ਜਿੱਥੇ ਇੱਟ ਲੱਗੀ ਸੀ ਉੱਥੇ ਹੀ ਰਹਿ ਗਈ, ਲੋਕੀ ਚੱਕ ਕੇ ਆ ਉਹ ਸਰਕਾਰ ਚੱਕ ਕੇ ਲੈ ਗਈ। ਐਂ ਲੱਗਦਾ ਜਿਵੇਂ ਆ ਜਿਹੜੀ ਕਾਂਗਰਸ ਸਰਕਾਰ ਹੈ ਜਨਤਾ ਨਾਲ ਦੁਸ਼ਮਣੀ ਕੱਢ ਰਹੀ ਹੈ, ਜਨਤਾ ਨੂੰ ਖੁਸ਼ ਕਰਨ ਦੀ ਬਜਾਏ, ਕਿਉਂਕਿ ਉਹਨਾਂ ਨੇ ਜਨਤਾ ਨੇ ਉਹਨਾਂ 'ਤੇ ਵਿਸ਼ਵਾਸ ਰੱਖ ਕੇ ਉਹਨਾਂ ਨੇ ਸਰਕਾਰ ਬਣਾਈ ਹੈ। वो तो ए लगी है जिवें कोई खुंदक नाल के दुश्मनी कढ़नी हुंदी है, ना लॉ एंड ऑर्डर इत्थे हैगा पंजाब च। रोज़ अकाली वर्करां ते दूजां नूं कतल करी जांदे कांग्रेसी। केजरीवाल नूं पहचान लिया हैगा ते दिल्ली विच भी उहदा सफाया एमसीडी इलेक्शन च हो गया ते हुण 21 जिहड़े होर एमएलए होणे उहदा विच भी भोग पै जूगा। सरकार ने यूपी च कहा सी असीं किसान दे कर्जे माफ करांगे ते योगी जी ने जिस दिन शपथ ली अगले दिन दी कैबिनेट मीटिंग च पहला ऐलान आ कीता ਤੇ ਇੱਥੇ ਕੈਪਟਨ ਸਾਹਿਬ ਜਿਹੜੇ ਸਾਰਿਆਂ ਦੇ ਫਾਰਮ ਭਰਾਈ ਬੈਠੇ ਸੀ, ਅੱਜ ਉਹ ਸਾਰੇ ਕਿਸਾਨਾਂ ਦੇ ਕਰਜ਼ੇ ਕੁੜਕੀ ਮਾਫ਼ ਦੇ ਫਾਰਮ ਕਿਸੇ ਰੱਜੇ ਦੇ ਢੇਰ 'ਚ ਪਏ ਹੋਏ ਨੇ ਤੇ ਕੈਪਟਨ ਸਾਹਿਬ ਨੂੰ ਨਾ ਦਰਬਾਰ ਸਾਹਿਬ ਆਉਣ ਦਾ ਸਮਾਂ ਤੇ ਨਾ ਲੋਕਾਂ ਦੇ ਵਿੱਚ ਜਾਣ ਦਾ ਸਮਾਂ।